ਕਹਿਣ ਨੂੰ ਹਾਈਟੈਕ ਪੰਜਾਬ ਪੁਲਿਸ ਦੀ ਸਥਿਤੀ ਬਾਰੇ ਸਭ ਨੂੰ ਪਤਾ ਹੀ ਹੈ। ਇਸੇ ਤਰ੍ਹਾਂ ਦੀ ਇੱਕ ਹੋਰ ਮਿਸਾਲ ਮੋਗਾ ਦੇ ਥਾਣੇ ਦੀ ਦੇਖਣ ਚ ਆਈ ਹੈ। ਇੱਕ ਤਾਂ ਇਹ ਕਿ ਥਾਣਾ ਕਿਰਾਏ ਦੀ ਇਮਾਰਤ ਤੇ ਚੱਲਦਾ ਹੈ, ਦੂਜਾ ਇਸ ਦੀ ਹਾਲਤ ਦੇਖ ਕੇ ਪੁਲਿਸ ਤੇ ਵੀ ਤਰਸ ਆਉਂਦਾ ਹੈ। ਹਵਾਲਾਤ ਦੀ ਛੱਤ ਤਾਂ ਹੈ ਹੀ ਨਹੀਂ, ਕੈਦੀ ਖੁੱਲੇ ਅਸਮਾਨ ਦੇ ਥੱਲੇ ਨਜ਼ਾਰੇ ਲੈਂਦੇ ਨੇ, ਮੌਕਾ ਲੱਗੇ ਤਾਂ ਭੱਜ ਵੀ ਸਕਦੇ ਨੇ। ਇਸ ਸੰਬੰਧੀ ਗੱਲ ਕਰਨ ਤੇ ਥਾਣਾ ਮੁਖੀ ਨੇ ਦੱਸਿਆ ਕਿ ਹਾਲਤ ਤਾਂ ਤੁਹਾਡੇ ਸਾਹਮਣੇ ਹੈ ਤੇ ਸਾਨੂੰ ਤੇ ਆਪ ਹਮੇਸ਼ਾ ਹੀ ਡਰ ਬਣਿਆ ਰਹਿੰਦਾ ਕਿ ਕੋਈ ਅਣਹੋਣੀ ਹੀ ਨਾ ਹੋ ਜਾਵੇ। ਬਰਸਾਤ ਦੇ ਦਿਨਾਂ 'ਚ ਤਾਂ ਥਾਣਾ ਰੱਬ ਦੇ ਭਰੋਸੇ ਹੀ ਹੁੰਦਾ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਥਾਣੇ ਦੀ ਨਵੀਂ ਬਿਲਡਿੰਗ ਬਣਾਉਣ ਲਈ ਉੱਚ ਅਧਿਕਾਰੀਆਂ ਨੂੰ ਲਿਖਿਆ ਵੀ ਗਿਆ। ਬਿਲਕੁਲ, ਅਸੀਂ ਆਪਣੇ ਸੀਨੀਅਰ ਅਫਸਰਾਂ ਨੂੰ, ਮੈਂ ਜਦੋਂ ਪਹਿਲਾਂ ਲੱਗਿਆ ਸੀ ਉਦੋਂ ਵੀ ਲਿਖ ਕੇ ਭੇਜਿਆ ਸੀਗਾ। ਜਿੱਦਾਂ ਹੁਣ ਥਾਣਾ ਸਦਰ ਨਵਾਂ ਬਣ ਰਿਹਾ, ਅਫਸਰਾਂ ਦੇ ਉਪਰਾਲਾ ਆਇਆ, ਉਹਨਾਂ ਨੇ ਬੜੀ ਕੋਸ਼ਿਸ਼ਾਂ ਦੇ ਨਾਲ ਜਿੱਦਾਂ ਥਾਣਾ ਸਦਰ ਦੀ ਬਿਲਡਿੰਗ ਜਿਹੜੀ ਬਣ ਰਹੀ ਆ, ਇਹਦੇ 'ਚ ਵੀ ਸਾਨੂੰ ਅਫਸਰ ਕਹਿ ਰਹੇ ਕਿ ਬਹੁਤ ਜਲਦੀ ਤੋਂ ਜਲਦੀ ਇਹਨੂੰ ਕਿਤੇ ਵਧੀਆ ਜਗ੍ਹਾ 'ਤੇ ਸ਼ਿਫਟ ਕੀਤਾ ਜਾਊਗਾ। ਇਹ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਅਤੇ ਸਰ, ਜਾਣਕਾਰੀ ਮੁਤਾਬਕ ਨਗਰ ਨਿਗਮ ਮੋਗਾ ਨੇ SSP ਸਾਹਿਬ ਦੀ ਫਰਮਾਇਸ਼ ਦੇ ਉੱਤੇ ਥਾਣਾ ਸਿਟੀ ਸਾਊਥ ਬਣਾਉਣ ਦੇ ਲਈ ਇੱਕ ਜਗ੍ਹਾ ਦਾ ਵੀ ਉਹ ਮਤਾ ਪਾਸ ਕਰਤਾ ਸੀ ਵੀ ਤੁਹਾਨੂੰ ਬਗਿਆਣਾ ਬਸਤੀ ਦੇ ਵਿੱਚ ਜਗ੍ਹਾ ਦੇ ਦਿੰਦੇ, ਪਰ ਉਹਦੇ ਲਈ ਤੁਹਾਨੂੰ ਫੰਡ ਆਪਣਾ ਇਸਤੇਮਾਲ ਕਰਨਾ ਪੈਣਾ ਸੀ। ਕੀ ਪੰਜਾਬ ਪੁਲਿਸ ਕੋਲ ਆਪਣਾ ਫੰਡ ਨਹੀਂ ਹੈ ਥਾਣਾ ਬਣਾਉਣ ਦੇ ਲਈ? ਦੇਖੋ, ਇਹਦੇ ਬਾਰੇ ਮੇਰੇ ਸੀਨੀਅਰ ਅਫਸਰ ਦੱਸ ਸਕਦੇ ਆ ਕਿ ਫੰਡ ਹੈਗਾ ਜਾਂ ਨਹੀਂ ਹੈਗਾ, ਲੇਕਿਨ ਜਿੱਥੇ ਵੀ ਕਿਤੇ ਜਗ੍ਹਾ ਮਿਲੂਗੀ ਉੱਥੇ ਥਾਣਾ ਸ਼ਿਫਟ ਹੋ ਜਾਊਗਾ। ਅਤੇ ਸਾਨੂੰ ਉਮੀਦ ਹੈ ਕਿ ਸਾਡੇ ਸੀਨੀਅਰ ਅਫਸਰ ਜਿਹੜੇ ਬਹੁਤ ਜਲਦੀ ਜਿਹੜਾ ਸਾਡਾ ਥਾਣਾ ਕਿਤੇ ਪ੍ਰੋਪਰ ਜਗ੍ਹਾ 'ਤੇ ਸ਼ਿਫਟ ਕਰਨ। ਇਸ ਸੰਬੰਧੀ SP ਮੋਗਾ ਰਤਨ ਸਿੰਘ ਬਰਾੜ ਨੇ ਗੱਲ ਕਰਨ ਤੇ ਉਹਨਾਂ ਦੱਸਿਆ ਕਿ ਥਾਣੇ ਦੀ ਬਿਲਡਿੰਗ ਕਿਰਾਏ ਤੇ ਹੋਣ ਕਰਕੇ ਉਸ ਦੀ ਹਾਲਤ ਕਾਫੀ ਖਰਾਬ ਹੋ ਗਈ ਹੈ। ਉਹਨਾਂ ਕਿਹਾ ਕਿ DC ਸਾਹਿਬ ਨੂੰ ਲਿਖਿਆ ਗਿਆ ਤੇ ਜਲਦ ਹੀ ਥਾਣੇ ਨੂੰ ਕਿਸੇ ਹੋਰ ਸੁਰੱਖਿਅਤ ਥਾਂ ਤੇ ਸ਼ਿਫਟ ਕੀਤਾ ਜਾਵੇਗਾ। ਜਿਹੜਾ ਸਾਡਾ ਸਿਟੀ ਸਾਊਥ ਥਾਣਾ ਹੈ, ਇਹ ਵੀ ਜਿਹੜੀ ਹੈ ਬਿਲਡਿੰਗ ਹੈ ਉਹ ਕਿਰਾਏ ਦੀ ਦੇ ਵਿੱਚ ਚੱਲ ਰਿਹਾ ਹੈ। ਇਹਦੀ ਬਿਲਡਿੰਗ ਵਾਕਈ ਜਿਹੜੀ ਕੰਡਮ ਹੈ, ਔਰ ਇਹਦੇ ਲਈ ਅਸੀਂ ਜਗ੍ਹਾ ਦੇਖ ਰਹੇ ਹਾਂ, ਬਹੁਤ ਜਲਦੀ ਸਾਨੂੰ ਕੋਈ ਨਾ ਕੋਈ ਜਗ੍ਹਾ ਮਿਲ ਜਾਏਗੀ। ਅਸੀਂ DC ਸਾਹਿਬ ਨੂੰ ਵੀ ਰਿਕੁਐਸਟ ਕੀਤੀ ਹੈ ਵੀ ਸਾਨੂੰ ਫੋਰ ਦਾ ਟਾਈਮ ਬੀਂਗ ਕੋਈ ਨਾ ਕੋਈ ਜਗ੍ਹਾ ਜਿਹੜੀ ਹੈ ਰੈਂਟਲ ਬੇਸਿਸ 'ਤੇ ਦੇ ਦਿੱਤੀ ਜਾਵੇ, ਤਾਂ ਜੋ ਨਵਾਂ ਥਾਣਾ ਬਣਨ ਤੱਕ ਅਸੀਂ ਆਪਣਾ ਥਾਣਾ ਉਸਦੇ ਵਿੱਚ ਸ਼ਿਫਟ ਕਰ ਸਕੀਏ। ਔਰ ਜੀ, ਉਹਦੇ ਰਿਪੇਅਰ ਦਾ ਇਸ ਕਰਕੇ ਨਹੀਂ ਹੈ ਕਿਉਂਕਿ ਜਦੋਂ ਬਿਲਡਿੰਗ ਜਿਹੜੀ ਕੰਡਮ ਹੋਵੇ ਤਾਂ ਉਹਦੇ 'ਤੇ ਰਿਪੇਅਰ ਦੇ ਪੈਸੇ ਹੈ ਜਿਹੜੇ ਉਹ ਨਹੀਂ ਲੱਗ ਜਾ ਸਕਦੇ, ਇਸ ਕਰਕੇ ਉਹਦੀ ਰਿਪੇਅਰ ਨਹੀਂ। ਹੁਣ ਥਾਣਾ ਹੀ ਅਸੀਂ ਸ਼ਿਫਟ ਕਰ ਰਹੇ ਹਾਂ ਕਿਸੇ ਨਾ ਸੇਫ ਜਗ੍ਹਾ ਦੇ ਉੱਤੇ, ਹੋਪਫੁਲੀ ਸਾਡਾ ਇੱਕ ਦੋ ਵੀਕ ਦੇ ਵਿੱਚ ਬਣ ਜਾਣਾ ਚਾਹੀਦਾ, ਜਿਸ ਤਰ੍ਹਾਂ ਅਸੀਂ DC ਸਾਹਿਬ ਨੂੰ ਰਿਕੁਐਸਟ ਕੀਤੀ। ਬਿਊਰੋ ਰਿਪੋਰਟ, ਵਿਜ਼ਨ ਪੰਜਾਬ TV।